ਸੰਘਰਸ਼ ਦਾ ਹਿੱਸਾ ਬਣੋ ਤੇ ਤਿੱਖੇ ਸੰਘਰਸ਼ ਵੀ ਕਰਨੇ ਪੈਣੇ ਆ। ਹੁਣ ਆਪ
ਸਾਹਮਣੇ ਸਾਰਿਆਂ ਨੇ ਇਕੱਠੇ ਹੋਣਾ ਜਿੱਥੇ ਸਾਡੀ ਅਗਲੀ ਪ੍ਰੀਖਿਆ ਉੱਥੇ ਤੁਹਾਡੀ ਵੀ ਹੈ। ਉਹਨਾਂ ਗੁਰੂਆਂ ਦੀ ਧਰਤੀ ਤੇ ਆਏ ਆ ਜਿਹੜੇ ਤੱਤੀਆਂ ਤਵੀਆਂ ਤੇ ਵੀ ਬਹਿ ਗਏ ਪਰ ਸੀ ਤੱਕ ਨੀ ਉਤਰੀ, ਧੁੱਪ ਹੋਣੀ ਆ ਪਰ ਬੈਠੇ ਰਹੋ, ਸਾਡਿਆਂ ਨੂੰ ਛਾ ਨੀ ਹੋਣੀ, ਕਿਤੇ ਇੱਧਰ ਉੱਧਰ ਨਾ ਜਾਇਓ। ਜਦੋਂ ਵੀ ਡਿੱਗ ਕੇ ਆਉਂਦੇ ਹੋ ਮੇਰੀ ਬੇਨਤੀ ਹੈ ਸ਼ਹਿਰ ਦੇ ਜਿੱਥੇ ਜਿੱਦਾਂ ਸਥਾਨ ਹੈ ਉੱਥੇ ਬੈਠਣ ਤਾਂ ਹਾਜ਼ਰੀ ਲੱਗਦੀ ਹੈ। ਇਹ ਨੀ ਘਰੋਂ ਚੱਲ ਕੇ ਰੈਲੀ ਤੇ ਆ ਕੇ ਆਪਾਂ ਸੱਜੇ ਖੱਬੇ ਖੜੇ ਰਹੀਏ, ਔਰ ਸਾਨੂੰ ਵੀ ਕਿਤੇ ਨਾ ਕਿਤੇ ਜਿਹੜੇ ਆ ਇਹ ਸਾਥੀ ਕਰਦੇ ਆ ਔਰ ਸਾਨੂੰ ਵੀ ਕਿਤੇ ਨਾ ਕਿਤੇ ਨਿਰਉਤਸ਼ਾਹਿਤ ਕਰਦੇ ਆ। ਅੱਜ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਕਮਰੀਆਂ ਜਿੱਥੇ ਬੰਦੀਆਂ ਕਹਿ ਰਹੀਆਂ ਫੈਮਿਲੀ ਪੈਨਸ਼ਨ ਅਸੀਂ ਲੈ ਕੇ ਦਿੱਤੀ, ਅਸੀਂ ਲੈ ਕੇ ਦਿੱਤੀ। ਸਤਰੀ ਸ਼ਰਾਣਾ ਜੀ ਸਾਡੇ ਬੈਠੇ ਆ ਸਾਡੇ ਫਰੰਟ ਦੇ ਆਗੂ, ਮੈਨੂੰ ਯਾਦ ਹੈ ਫੈਮਿਲੀ ਪੈਨਸ਼ਨ ਸਾਡੇ ਫਰੰਟ ਦੇ ਸੰਘਰਸ਼ ਤੋਂ ਨਿਕਲੀ ਹੈ। ਉਸ ਨੇ ਆ ਲਾ ਕੇ ਗਿਆ ਤੁਹਾਨੂੰ 11 ਸਤੰਬਰ ਨੂੰ ਚੰਡੀਗੜ੍ਹ ਘੇਰਨਾ ਆ। ਸਾਰਿਆਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਕਾਮਲੇ ਬਣ ਕੇ ਅਸੀਂ ਚੰਡੀਗੜ੍ਹ ਹੀ ਜਾਣਾ, ਕਿਉਂਕਿ ਜਿੱਥੇ ਸਾਡੇ ਸੰਘਰਸ਼ਾਂ ਵਿੱਚ ਲੜਨਾ ਉੱਥੇ ਪੁਰਾਣੀ ਪੈਨਸ਼ਨ ਦੇ ਬਹਾਲੀ ਦੇ ਬੈਨਰ ਹੈਗੇ ਦੀ ਲੜਾਈ ਜਾਰੀ ਰੱਖਾਂਗੇ। ਕਈ ਸਾਥੀ ਕਹਿੰਦੇ ਆ ਤੁਸੀਂ ਐਕਸ਼ਨ ਦੇ ਐਕਸ਼ਨ ਦੇ ਜਾ ਰਹੇ ਹੋ, ਅਸੀਂ ਥੱਕ ਗਏ ਆ ਲਗਾਤਾਰ 4 ਐਕਸ਼ਨ ਸਾਥੀਓ ਥੱਕਣਾ ਨਹੀਂ। ਇਹ ਪੁਰਾਣੀ ਪੈਨਸ਼ਨ ਬਹਾਲੀ ਦੀ ਲੜਾਈ 'ਚ ਲਗਾਤਾਰ ਮਿਸ਼ਾਲ ਵਧਾ ਕੇ 50 ਸਾਲ ਜਗਾ ਕੇ ਰੱਖਣੀ ਪੈਣੀ ਹੈ, ਕਿਉਂਕਿ ਅੱਜ ਸਰਕਾਰ ਕਾਰਪੋਰੇਟ ਅਦਾਰਿਆਂ ਨਾਲ ਖੜੀ ਹੈ, ਉਹਨਾਂ ਹਿੱਤਾਂ ਨਾਲ ਖੜੀ ਹੈ। ਕਿਸਾਨ ਦੇਖੋ 7-9 ਮਹੀਨੇ ਹੋ ਗਏ ਦਿੱਲੀ ਦੇ ਬੈਟਰ ਬਾਰਡਰ ਤੇ ਬੈਠਿਆ ਹੋਇਆ, ਸਰਕਾਰ ਸਾਥ ਨਹੀਂ ਦੇ ਰਹੀ। ਸਾਡੀ ਵੀ ਇਦਾਂ ਦੀ ਅਗਲੀ ਪ੍ਰੀਖਿਆ ਹੋਣੀ ਹੈ, ਉਹਦੇ ਲਈ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਜਿੱਥੇ ਤਿਆਰ ਕਰਨਾ ਉੱਥੇ ਨਾਲ ਆਪਣੇ ਪਰਿਵਾਰ ਨੂੰ ਵੀ ਕਰਨਾ। ਮੈਂ ਅੱਜ ਆਪਣੇ ਪਰਿਵਾਰ ਸਮੇਤ ਰੈਲੀ ਵਿੱਚ ਸ਼ਾਮਲ ਹੋਇਆ, ਤੁਹਾਨੂੰ ਵੀ ਬੇਨਤੀ ਕਰਦਾ ਪਰਿਵਾਰ ਸਮੇਤ ਸ਼ਾਮਲ ਹੋਵੋ। ਇਹ ਲੜਾਈ ਤੁਹਾਡੀ ਇਕੱਲੀ ਨਹੀਂ, ਇਹ ਲੜਾਈ ਤੁਹਾਡੇ ਜਾਣ ਤੋਂ ਬਾਅਦ ਪਰਿਵਾਰਾਂ ਦੀ ਵੀ ਹੈ, ਇਹ ਲੜਾਈ ਤੁਹਾਡੇ ਬੱਚਿਆਂ ਦੀ ਵੀ ਹੈ। ਇਸ ਕਰਕੇ ਸਮੇਤ ਪਰਿਵਾਰ ਇਸ ਲਹਿਰ ਵਿੱਚ ਉੱਠੋ, ਕਿਉਂਕਿ ਤਦੇ ਸਾਡੀ ਪੁਰਾਣੀ ਪੈਨਸ਼ਨ ਬਹਾਲ ਹੋਣੀ ਹੈ। ਇਹਨਾਂ ਸ਼ਬਦਾਂ ਨਾਲ ਹੀ ਜਿੰਨੇ ਕੰਮ ਤੁਸੀਂ ਕਰਕੇ ਆਏ ਹੋ ਸਾਡੇ ਬੁਲਾਰੇ ਹਾਲੇ ਹੋਰ ਬੋਲਣੇ ਨੇ, ਪਰ ਅਸੀਂ ਸਮੇਂ ਦੀ ਜਾਗ ਸਮਝਦੇ ਹੋਏ ਸਾਡੇ ਸਵਾਲ ਵੀ ਆਗੂ ਰਹਿੰਦੇ ਨੇ। ਹਾਲੇ 2-4 ਜਿੰਨੀਆਂ ਵੀ ਭਾਰਤੀ ਜਥੇਬੰਦੀਆਂ ਦਾ ਅੱਜ ਸਹਿਯੋਗ ਮਿਲਿਆ, ਸ਼ਾਇਦ ਸਾਨੂੰ ਅੱਜ ਤੱਕ ਨਹੀਂ ਮਿਲਿਆ ਸੀ। ਮੈਂ ਸਾਰੀਆਂ ਭਾਰਤੀ ਜਥੇਬੰਦੀਆਂ ਦਾ ਬਹੁਤ ਜ਼ਿਆਦਾ ਮੈਂ ਆਪਣੇ ਪੱਤਰ ਜਾਰੀ ਕੀਤੇ ਆ, ਮੈਂ ਦਿਲੋਂ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਸਾਡੀ ਇਹ ਮਦਦ ਕਰਦੇ ਰਹੋਗੇ। ਤੁਹਾਡੀ ਸਹਾਇਤਾ ਦੇ ਨਾਲ ਔਰ ਵਿਸ਼ੇਸ਼ ਤੌਰ ਤੇ ਮੇਰੀ ਅਪੀਲ ਹੈ ਪੈਨਸ਼ਨਰ ਆਗੂਆਂ ਨੂੰ, ਪੈਨਸ਼ਨਰ ਆਗੂਆਂ ਨੂੰ ਬੇਨਤੀ ਕਰਾਂਗਾ ਐਨਪੀਆਰ ਦੀ ਲੜਾਈ ਤੁਹਾਡਾ ਪਹਿਲਾ ਜਿਹੜਾ ਮੰਗ ਹੋਣੀ ਚਾਹੀਦੀ ਹੈ ਆਪਣਾ ਨਹੀਂ ਪੈਨਸ਼ਨ ਦੀ ਹੋਣੀ ਚਾਹੀਦੀ ਹੈ। ਯਾਦ ਰੱਖਿਓ ਅਗਰ ਇਸੇ ਤਰ੍ਹਾਂ ਐਨਪੀਆਰ ਦਾ ਨਾਂ ਵੱਡਾ ਹੁੰਦਾ ਗਿਆ ਆਉਣ ਵਾਲੇ ਸਮੇਂ 'ਚ ਪੈਨਸ਼ਨਰ ਜ਼ਿੰਮੇਦਾਰ ਨਹੀਂ ਰਹਿਣੀ ਆ। ਐਨਪੀਆਰ ਤਹਿਤ ਸੰਘਰਸ਼ ਕਰਨ ਜੋਗਾ ਕਰਾਇਆ ਵੀ ਨਹੀਂ ਤੁਹਾਡੀ ਜੇਬ ਦੇ ਵਿੱਚ ਹੋਣਾ। ਅਜੇ ਆਪਣੀ